ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਮੋਟਰਾਂ ਚੋਰੀ ਹੋਣ ਦੇ ਸੰਬੰਧ ਦੇ ਵਿੱਚ ਪਹਿਲਾਂ ਹੀ ਮੁਕੱਦਮਾ ਨੰਬਰ 15 ਜਿਹੜਾ ਵਾ 8/2/23 ਨੂੰ 453-380 ਦਰਜ ਕੀਤਾ ਗਿਆ ਸੀ। ਜਿਹਦੇ ਕੋਲੋਂ ਜਿਹੜੀਆਂ ਇਹਨੇ ਚੋਰੀ ਦੀਆਂ ਦੋ ਮੋਟਰਾਂ ਅਤੇ ਇੱਕ ਜਿਹੜੀ ਜਗਾੜੂ ਰੇੜੀ ਜਿਹੜੀ ਮੋਟਰਸਾਈਕਲ ਦੇ ਉੱਪਰ ਇਹਨੇ ਉਹ ਵੀ ਗੈਰ ਕਾਨੂੰਨੀ ਬਣਾਈ ਹੋਈ ਸੀ, ਉਹਦੇ ਉੱਤੇ ਲੱਦ ਕੇ ਅਤੇ ਮੋਟਰਾਂ ਅੱਗੇ ਜਾ ਕੇ ਵੇਚਦਾ ਰਿਹਾ ਸੀਗਾ। ਇਹਦੇ ਕੋਲੋਂ ਜਿਹੜੀਆਂ ਪੰਜ ਜਿਹੜੀਆਂ ਕਿਸਾਨਾਂ ਦੀਆਂ ਇਹਨੇ ਮੋਟਰਾਂ ਚੋਰੀ ਕੀਤੀਆਂ ਸੀ ਉਹ ਬਰਾਮਦ ਹੋਈਆਂ। ਇਹ ਤੋਂ ਇਲਾਵਾ ਇੱਕ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਇਹਦੇ ਕੋਲ ਮਿਲਿਆ। ਇਸ ਤੋਂ ਇਲਾਵਾ ਇਹਦੇ ਕੋਲ ਇੱਕ ਲੇਜ਼ਰ ਪਿਸਟਲ ਮਿਲੀ ਆ, ਜਿਹੜਾ ਵੀ ਇਹ ਮਤਲਬ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਸੀਗਾ। ਇਹਦੇ ਵਿੱਚ ਜਿਹੜੀ ਆ ਅਜੇ ਤੱਕ ਹਾਲ ਦੀ ਘੜੀ ਦੇ ਵਿੱਚ ਕਾਫੀ ਜਿਹੜੀ ਰਿਕਵਰੀ ਹੋ ਚੁੱਕੀ ਆ ਅਤੇ ਟੋਟਲ ਜਿਹੜੇ ਅਸੀਂ ਮੁਕੱਦਮਾ ਦਰਜ ਕੀਤਾ ਸੀ ਇਹਦੇ ਵਿੱਚ ਪੰਜ ਜਿਹੜੇ ਆ ਮੇਨ ਦੋਸ਼ੀ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ, ਚਾਰ ਦੋਸ਼ੀ ਅਜੇ ਬਾਕੀ ਆ ਜਿਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹ ਅਸੀਂ ਪੂਰਾ ਹਰ ਤਰੀਕੇ ਨਾਲ ਮਤਲਬ ਉਹਨਾਂ ਦੇ ਗ੍ਰਿਫਤਾਰ ਕਰਨ ਲਈ ਅਸੀਂ ਸਾਰੇ ਸੋਰਸ ਲਾਏ ਹੋਏ ਨੇ, ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਉਹਨਾਂ ਦੇ ਜਿਹੜੇ ਟਿਕਾਣੇ ਦੇ ਉੱਤੇ ਰੇਡ ਕੀਤੇ ਜਾ ਰਹੇ ਆ। ਜਲਦੀ ਤੋਂ ਜਲਦੀ ਜਿਹੜਾ ਵਾ ਉਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਵੀ ਕਿਸਾਨਾਂ ਦੀਆਂ ਚੋਰੀ ਹੋਈ ਮੋਟਰਾਂ ਜਿਹੜੀਆਂ ਵੱਧ ਤੋਂ ਵੱਧ ਬਰਾਮਦ ਕਰਕੇ ਕਿਸਾਨਾਂ ਨੂੰ ਵਾਪਸ ਦਵਾਈਆਂ ਜਾਣਗੀਆਂ। ਕੇਆਰਟੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਮੈਂ ਹਾਂ ਜਤਿੰਦਰ ਸੋਢੀ। ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਦੇ ਵੱਲੋਂ ਆ ਬੀਤੇ ਦਿਨਾਂ ਤੋਂ ਆ ਜਿਹੜਾ ਲਗਾਤਾਰ ਜਿਹੜੇ ਆ ਛਾਪੇਮਾਰੀ ਕੀਤੀ ਜਾ ਰਹੀ ਆ। ਕੁਝ ਦਿਨ ਪਹਿਲਾਂ ਜਿਹੜਾ ਹੀਰੋਇਨ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਸੀ, ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ। ਉਸ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਨੂੰ ਦੀ ਪੁਲਿਸ ਨੂੰ ਹੋਰ ਵੱਡੀ ਸਫਲਤਾ ਜਿਹੜੀ ਮਿਲੀ ਸੀ, ਜਿਸ ਦੇ ਵਿੱਚ ਆ ਜਿਹੜਾ ਮੋਟਰ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਦੇ ਵੱਲੋਂ। ਤੁਹਾਨੂੰ ਦੱਸ ਦਈਏ ਕਿ ਜਿਸ ਦੇ ਵਿੱਚ 9 ਵਿਅਕਤੀਆਂ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਔਰ ਉਸ ਦੇ ਵਿੱਚੋਂ 3 ਆਰੋਪੀ ਗ੍ਰਿਫਤਾਰ ਕੀਤੇ ਗਏ ਸਨ। ਅੱਜ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਦੇ ਵੱਲੋਂ ਆ ਜਿਹੜਾ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁਝ ਸਮਾਨ ਦੀ ਬਰਾਮਦੀ ਵੀ ਹੋਈ ਆ। ਇਹ ਸਾਰੀ ਜਾਣਕਾਰੀ ਹੈ ਜਿਹੜੀ ਥਾਣਾ ਭੈਣੀ ਮੀਆਂ ਖਾਂ ਵਿਖੇ ਪਹੁੰਚ ਕੇ DSP ਸਰਦਾਰ ਰਾਜਵੀਰ ਸਿੰਘ ਜੀ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ 2 ਵਿਅਕਤੀਆਂ ਦੇ ਕੋਲੋਂ ਆ ਜਿਹੜੀਆਂ ਕੁਝ ਮੋਟਰਾਂ, ਇੱਕ ਮੋਟਰਸਾਈਕਲ ਸਪਲੈਂਡਰ, ਇੱਕ ਜਗਾੜੂ ਰੇੜੀ ਆ ਜਿਹੜੀ ਬਰਾਮਦ ਹੋਈ ਆ, ਤਾਂ ਇੱਕ ਦੋਸ਼ੀ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਤੁਹਾਨੂੰ ਦੱਸਦੀ ਹੈ ਇੱਕ ਰੇਜ਼ਰ ਪਿਸਟਲ ਵੀ ਆ ਜਿਹੜਾ ਉਹਨਾਂ ਦੇ ਵੱਲੋਂ ਬਰਾਮਦ ਕੀਤਾ ਗਿਆ। ਜਿਸ ਪਿਸਟਲ ਦੇ ਨਾਲ ਜਿਹੜੀ ਚੋਰੀ ਦੀ ਘਟਨਾ ਨੂੰ ਇਲਜ਼ਾਮ ਆ ਜਿਹੜਾ ਦਿੱਤਾ ਜਾਂਦਾ ਸੀ, ਤਾਂ ਲਗਾਤਾਰ ਆ ਜਿਹੜੀ ਆ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਫਲਤਾ ਜਿਹੜੀ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਮਿਲ ਰਹੀ ਆ। ਤੇ ਇਹ ਵੀ ਦੱਸਿਆ ਕਿ ਕਿਸਾਨਾਂ ਦੀਆਂ ਉਹ ਚੋਰੀ ਹੋਈਆਂ ਮੋਟਰਾਂ ਬਰਾਮਦ ਕਰ ਕਿਸਾਨਾਂ ਨੂੰ ਵਾਪਸ ਆ ਜਿਹੜੀਆਂ ਦਵਾਈਆਂ ਦੇਣਗੀਆਂ ਤੇ ਇਲਾਕੇ ਦੇ ਲੋਕਾਂ ਨੂੰ ਵੀ ਸੂਚਿਤ ਕੀਤਾ ਕਿ ਐਸੀ ਕੋਈ ਵੀ ਘਟਨਾ ਘਟਦੀ ਹੈ ਤਾਂ ਪੁਲਿਸ ਨੂੰ ਤੁਰੰਤ ਸੂਚਨਾ ਦਿਓ ਅਤੇ ਸੱਚੀ ਇਤਲਾਹ ਜਿਹੜੀ ਪੁਲਿਸ ਨੂੰ ਦਿਓ। ਤਾਂ ਲਗਾਤਾਰ ਦੇਖਿਆ ਜਾ ਰਿਹਾ ਕਿ ਕਿਸਾਨ ਜਿਹੜੇ ਪਰੇਸ਼ਾਨ ਸਨ, ਮੋਟਰਾਂ ਜਿਹੜੀਆਂ ਚੋਰੀਆਂ ਹੋਣੀਆਂ ਸਨ ਤੇ ਮੋਟਰ ਚੋਰ ਗਰੋਹ ਦਾ ਪਰਦਾ ਜਿਹੜਾ ਫਾਸ਼ ਕੀਤਾ ਗਿਆ, ਤਾਂ ਉਸ ਦੇ ਵਿੱਚੋਂ ਇੱਕ ਹੋਰ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜੇ ਆਰੋਪੀ ਫਰਾਰ ਦੱਸੇ ਜਾ ਰਹੇ ਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਤੁਰੰਤ ਆ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ। ਹਾਂਜੀ, ਸਾਡੇ ਮਾਣਯੋਗ SSP ਸਾਹਿਬ ਸ਼੍ਰੀ ਦੀਪਕ ਘਲੋਰੀ ਜੀ, IPS ਅਫਸਰ ਜ਼ਿਲ੍ਹਾ ਗੁਰਦਾਸਪੁਰ ਦੇ, ਸਖ਼ਤ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅਸਰਾਂ ਨੂੰ ਨੱਥ ਪਾਉਣ ਦੇ ਸੰਬੰਧ ਦੇ ਵਿੱਚ ਜਿਹੜੀ ਆ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਮੋਟਰਾਂ ਚੋਰੀ ਹੋਣ ਦੇ ਸੰਬੰਧ ਦੇ ਵਿੱਚ ਪਹਿਲਾਂ ਹੀ ਮੁਕੱਦਮਾ ਨੰਬਰ 15 ਜਿਹੜਾ ਵਾ 8/2/23 ਨੂੰ 453-380 ਦਰਜ ਕੀਤਾ ਗਿਆ ਸੀ ਅਤੇ ਉਹਦੇ ਵਿੱਚ ਜਿਹੜਾ ਵਾ ਇਹਨਾਂ ਦੇ ਜਿਹੜੇ ਆ 9 ਮੈਂਬਰ ਜਿਹੜੇ ਆ ਉਹ ਗੈਂਗ ਦੇ ਜਿਹੜੇ ਆ ਬਾਈ ਨੇ ਸਾਡੇ ਕੋਲ ਨਾਮਜ਼ਦ ਹੋਏ ਸੀਗੇ, ਜਿਨ੍ਹਾਂ ਦੇ ਵਿੱਚੋਂ ਜਿਹੜੇ ਆ 2 ਬੰਦੇ ਪਹਿਲਾਂ ਗ੍ਰਿਫਤਾਰ, 3 ਹੋ ਚੁੱਕੇ ਸੀਗੇ ਅਤੇ ਇਸ ਤੋਂ ਬਾਅਦ ਜਿਹੜਾ ਵਾ ਹੁਣ ਉਸ ਵੇਲੇ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਦੇ ਵਿੱਚ ਮੇਨ ਜਿਹੜੇ ਬੰਦੇ ਆ ਯੁਵਰਾਜ ਸਿੰਘ ਰਾਜਾ ਪੁੱਤਰ ਪੱਪੂ ਵਾਸੀ ਬਸਰਾਵਾਂ ਜਿਹੜਾ ਵਾ 11/2/23 ਨੂੰ ਗ੍ਰਿਫਤਾਰ ਕੀਤਾ ਗਿਆ ਵਾ, ਜਿਹਦੇ ਕੋਲੋਂ ਜਿਹੜੀਆਂ ਇਹਨੇ ਚੋਰੀ ਦੀਆਂ 2 ਮੋਟਰਾਂ ਅਤੇ ਇੱਕ ਜਿਹੜੀ ਜਗਾੜੂ ਰੇੜੀ ਜਿਹੜੀ ਮੋਟਰਸਾਈਕਲ ਦੇ ਉੱਪਰ ਇਹਨੇ ਉਹ ਵੀ ਗੈਰ ਕਾਨੂੰਨੀ ਬਣਾਈ ਹੋਈ ਸੀ ਉਹਦੇ ਉੱਤੇ ਲੱਦ ਕੇ ਅਤੇ ਮੋਟਰਾਂ ਅੱਗੇ ਜਾ ਕੇ ਵੇਚਦਾ ਰਿਹਾ ਸੀਗਾ। ਇਸ ਤੋਂ ਬਾਅਦ ਫਿਰ ਇਹਨਾਂ ਜਿਹੜਾ ਮੇਨ ਸਰਗਨੇ ਦਾ ਮੈਂਬਰ ਆ ਉਹ ਜੋਜੀ ਉਰਫ ਸੁਖਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਉਰਫ ਬਿੱਲੀ ਕੋਟ ਖਾਨ ਮੁਹੰਮਦ ਦਾ ਵਾ, ਇਹਨੂੰ ਜਿਹੜਾ 12/2/23 ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇਹਦੇ ਕੋਲੋਂ ਜਿਹੜੀਆਂ ਪੰਜ ਜਿਹੜੀਆਂ ਕਿਸਾਨਾਂ ਦੀਆਂ ਇਹਨੇ ਮੋਟਰਾਂ ਚੋਰੀ ਕੀਤੀਆਂ ਸੀ ਉਹ ਬਰਾਮਦ ਹੋਈਆਂ। ਇਹ ਤੋਂ ਇਲਾਵਾ ਇੱਕ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਇਹਦੇ ਕੋਲ ਮਿਲਿਆ। ਇਸ ਤੋਂ ਇਲਾਵਾ ਇਹਦੇ ਕੋਲ ਇੱਕ ਲੇਜ਼ਰ ਪਿਸਟਲ ਮਿਲੀ ਆ, ਜਿਹੜਾ ਵੀ ਇਹ ਮਤਲਬ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਸੀਗਾ।
ਅਤੇ ਇਹਦੇ ਵਿੱਚ ਜਿਹੜੀ ਆ ਅਜੇ ਤੱਕ ਹਾਲ ਦੀ ਘੜੀ ਦੇ ਵਿੱਚ ਕਾਫੀ ਜਿਹੜੀ ਰਿਕਵਰੀ ਹੋ ਚੁੱਕੀ ਆ ਅਤੇ ਟੋਟਲ ਜਿਹੜੇ ਅਸੀਂ ਮੁਕੱਦਮਾ ਦਰਜ ਕੀਤਾ ਸੀ ਇਹਦੇ ਵਿੱਚ 5 ਜਿਹੜੇ ਆ ਮੇਨ ਦੋਸ਼ੀ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ, 4 ਦੋਸ਼ੀ ਅਜੇ ਬਾਕੀ ਆ ਜਿਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ ਜਿਹੜੇ ਦੋਸ਼ੀ ਅਜੇ ਗ੍ਰਿਫਤਾਰ ਕਰਨ ਵਾਲੇ ਰਹਿੰਦੇ, ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਕੁਝ ਉਹਦੀ ਸੂਚਨਾ ਜਿਹੜੀ ਮਿਲ ਪਾਈ ਹੈ? ਹਾਂਜੀ, ਉਹ ਅਸੀਂ ਪੂਰਾ ਹਰ ਤਰੀਕੇ ਨਾਲ ਮਤਲਬ ਉਹਨਾਂ ਦੇ ਗ੍ਰਿਫਤਾਰ ਕਰਨ ਲਈ ਅਸੀਂ ਸਾਰੇ ਸੋਰਸ ਲਾਏ ਹੋਏ ਨੇ, ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਉਹਨਾਂ ਦੇ ਜਿਹੜੇ ਟਿਕਾਣੇ ਦੇ ਉੱਤੇ ਰੇਡ ਕੀਤੇ ਜਾ ਰਹੇ ਆ। ਜਲਦੀ ਤੋਂ ਜਲਦੀ ਜਿਹੜਾ ਵਾ ਉਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਵੀ ਕਿਸਾਨਾਂ ਦੀਆਂ ਚੋਰੀ ਹੋਈ ਮੋਟਰਾਂ ਜਿਹੜੀਆਂ ਵੱਧ ਤੋਂ ਵੱਧ ਬਰਾਮਦ ਕਰਕੇ ਕਿਸਾਨਾਂ ਨੂੰ ਵਾਪਸ ਦਵਾਈਆਂ ਜਾਣਗੀਆਂ। ਸਰ ਪੁੱਛਗਿੱਛ ਦੌਰਾਨ ਕੋਈ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੰਦੇ ਸਾਰੇ? ਹਾਂਜੀ, ਇਹੋ ਹੀ ਆਇਆ ਇਹ ਰਾਤ ਦੇ ਸਮੇਂ ਜਿਹੜਾ ਵਾ ਇਹ ਮੋਟਰਾਂ ਜਿਹੜੀਆਂ ਰਲ ਕੇ ਲਾਹ ਲੈਂਦੇ ਸੀਗੇ, ਫਿਰ ਅੱਗੇ ਜਿਹੜੇ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੇ ਵੇਚ ਦਿੰਦੇ ਆ, ਜਿਸ ਤਰ੍ਹਾਂ ਇੱਕ ਜਗਾੜੂ ਰੇਹੜੀ ਬਣਾਈ ਆ ਇਹਦੇ ਉੱਤੇ ਲੱਦ ਕੇ ਲੈ ਜਾਂਦੇ ਆ, ਕੁਝ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਵੀ ਮੋਟਰ ਤੋਂ ਲੱਦ ਕੇ ਲੈ ਜਾਂਦੇ ਰਹੇ। ਜਿਹੜੀ ਜਗਾੜੂ ਰੇਹੜੀ ਉਹ ਵੀ ਚੋਰੀ ਕੀਤੀ ਹੋਈ ਹੈ? ਹਾਂਜੀ, ਨਹੀਂ ਉਹ ਇਹਨੇ ਮਤਲਬ ਉਹਦਾ ਕੋਈ ਕਾਗਜ਼ ਪੱਤਰ ਤੇ ਹੁੰਦਾ ਹੀ ਨਹੀਂਗਾ, ਉਹ ਇਹਨੇ ਆਪਣੇ ਹੀ ਬਣਾਈ ਹੋਈ ਸੀ। ਹਾਂਜੀ, ਪਹਿਲਾਂ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਕੋਈ ਪਹਿਲਾਂ ਵੀ ਇਹਨਾਂ ਦੇ ਮੁਕੱਦਮਾ ਦਰਜ ਆ? ਹਾਂਜੀ, ਇਹਨਾਂ ਸਾਰਿਆਂ ਦੇ ਉੱਤੇ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਨੇ। ਕਿਸਾਨ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜੀਆਂ ਵਾ ਕਿਸਾਨਾਂ ਦੀਆਂ ਵੱਧ ਤੋਂ ਵੱਧ ਜਿਹੜੀਆਂ ਚੋਰੀ ਹੋਈਆਂ ਮੋਟਰਾਂ ਉਹਨੂੰ ਬਰਾਮਦ ਕਰਾਂਗੇ ਅਤੇ ਇਹਨਾਂ ਨੂੰ ਵਾਪਸ ਕਰਾਵਾਂਗੇ, ਅਤੇ ਜਿਹੜਾ ਵਾ ਬਿਲਕੁਲ ਇੱਥੇ ਜਿਹੜੀ ਆ ਚੋਰੀ ਜਿਹੜੀ ਆ ਨਹੀਂ ਹੋਣ ਦੇਵਾਂਗੇ। ਅਤੇ ਅਸੀਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ ਮੋਟਰਾਂ ਜਿਸ ਤਰ੍ਹਾਂ ਜਿਨ੍ਹਾਂ ਨੂੰ ਪਾਣੀ ਦੀ ਅਜੇ ਹਾਲ ਦੀ ਘੜੀ ਨਹੀਂ ਜ਼ਰੂਰਤ ਹੁੰਦੀ, ਜਿਹੜੀ ਬੇਟ ਇਲਾਕੇ 'ਚ ਨੀਵੇਂ ਥਾਂ ਜਿੱਥੇ ਪਾਣੀ ਉੱਪਰ ਹੀ ਆ, ਉਹਨਾਂ ਨੂੰ ਜੇ ਮਤਲਬ 1-2 ਮਹੀਨੇ ਵਾਸਤੇ ਤੁਸੀਂ ਲਾ ਕੇ ਆਪਣੇ ਘਰ ਵੀ ਲਿਆ ਕੇ ਰੱਖ ਸਕਦੇ ਹੋ, ਉਹਦੇ ਨਾਲ ਸੇਫਟੀ ਹੋਏਗੀ। ਸਰ ਦੇਖਿਆ ਜਾ ਰਿਹਾ ਸੀ ਪਿਛਲੇ ਸਮੇਂ ਤੋਂ ਕਾਫੀ ਐਸੀਆਂ ਘਟਨਾ ਘਟ ਰਹੀਆਂ ਸੀ ਮੋਟਰ ਚੋਰੀ ਹੋਣ ਦੀਆਂ, ਹੁਣ ਦੇਖਿਆ ਜਾ ਰਿਹਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਦੀ ਕੰਟਰੋਲ ਰੱਖਣ ਲਈ ਲਗਾਤਾਰ ਐਸੇ ਕੰਮ ਕੀਤੇ ਜਾ ਰਹੇ ਨੇ, ਕੀ ਕਹਿਣਾ ਚਾਹੋ? ਹਾਂਜੀ, ਇਹਦੇ ਵਿੱਚ ਜਿਹੜੇ SHO ਸਾਹਿਬ ਆ ਇਹਨਾਂ ਨੂੰ ਸਾਰਾ ਸਿਹਰਾ ਜਾਂਦਾ ਵਾ, ਜਿਹੜਾ ਇੱਥੋਂ ਦੀ ਹੁਣ ਭੈਣੀ ਮੀਆਂ ਖਾਂ ਦੀ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ, ਜਿਹੜੇ ਚੋਰੀਆਂ ਜਿਹੜੀਆਂ ਨਿੱਤ ਚੋਰੀਆਂ ਜਿਹੜੀਆਂ ਕਿਸਾਨਾਂ ਦੀਆਂ ਮੋਟਰਾਂ ਲੋਕਾਂ ਦੇ ਜਿਹੜੇ ਮੋਟਰਸਾਈਕਲ ਚੋਰੀ ਹੋ ਰਿਹਾ ਸੀ ਉਸ ਨੂੰ ਪੂਰੀ ਤਰ੍ਹਾਂ ਜਿਹੜੀ ਨਕੇਲ ਪਾਈ ਗਈ ਆ, ਅਤੇ ਅੱਗੇ ਵੀ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ, ਬਿਲਕੁਲ ਜ਼ੀਰੋ ਟਾਲਰੈਂਸ ਹੋਏਗੀ। ਕੀ ਮੈਸੇਜ ਦੇਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ, ਕਿਸ ਤਰ੍ਹਾਂ ਜਿਹੜੀ ਇਤਲਾਹ ਦੇਣ, ਪੁਲਿਸ ਨੂੰ ਸੂਚਨਾ ਦੇਣ? ਅਸੀਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਵੀ ਕੋਈ ਪਤਾ ਲੱਗਦਾ ਵਾ ਵੀ ਪਿੰਡ ਦੇ ਵਿੱਚ ਜਾਂ ਕਿਸੇ ਕਸਬੇ ਦੇ ਵਿੱਚ ਵੀ ਆਹ ਮਾੜਾ ਅਨਸਰ ਆ ਇਹ ਮੋਟਰਸਾਈਕਲ ਚੋਰੀ ਕਰਦਾ ਵਾ ਜਾਂ ਮੋਟਰਾਂ ਚੋਰੀ ਕਰਦਾ ਜਾਂ ਨਸ਼ੇ ਕਰਦਾ, ਉਹਦੀ ਪੁਲਿਸ ਨੂੰ ਜਿਹੜੀ ਆ ਸੱਚੀ ਇਤਲਾਹ ਦਿਓ, ਭਾਵੇਂ ਟੈਲੀਫੋਨ ਦੇ ਉੱਤੇ ਹੀ ਇਤਲਾਹ ਦੇ ਦਿਓ, ਇਹਨਾਂ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ। ਅਤੇ ਪੁਲਿਸ ਨੂੰ ਜਿਹੜਾ ਸੱਚੀ ਇਤਲਾਹ ਦੇਣ ਦੇ ਨਾਲ ਜਿਹੜਾ ਵਾ ਇਲਾਕੇ ਦੇ ਵਿੱਚ ਚੋਰ ਚੋਰੀਆਂ ਅਤੇ ਹੋਰ ਜਿਹੜਾ ਕ੍ਰਾਈਮ ਅਤੇ ਨਸ਼ਾ ਬੰਦ ਹੋਏਗਾ। ਹੁਣ ਤੱਕ ਇੰਨਾ ਹੀ, ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਰਵਿੰਦਰ ਮਲਹੋਤਰਾ ਦੇ ਨਾਲ। ਮੈਂ ਜਤਿੰਦਰ ਸੋਢੀ, KRT ਨਿਊਜ਼, ਭੈਣੀ ਮੀਆਂ ਖਾਂ, ਗੁਰਦਾਸਪੁਰ।